ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਜੋਤ ਸਿੰਘ ਆ। ਤੁਹਾਨੂੰ ਕੈਨੇਡਾ ਦੀ ਵਰਕਿੰਗ ਲਾਈਫ ਦਾ ਕੁਝ ਹਿੱਸਾ ਇਸ ਵੀਡੀਓ ਰਾਹੀਂ ਦਿਖਾਉਣਾ ਚਾਹੂੰਗਾ, ਯਾਨੀ ਕਿ ਸਵੇਰੇ ਕੰਮ ਦੀ ਸਟਾਰਟਿੰਗ ਤੋਂ ਲੈ ਕੇ ਸ਼ਾਮ ਨੂੰ ਕੰਮ ਦੇ ਐਂਡ ਤੱਕ ਸਾਰਾ ਦਿਨ ਕਿਵੇਂ ਸਪੈਂਡ ਹੁੰਦਾ ਅਤੇ ਵਿੱਚ ਕੀ ਰੁਝੇਵੇਂ ਹੁੰਦੇ ਆ, ਕੀ ਟਾਸਕ ਹੁੰਦੇ ਆ। ਮੈਂ ਵੱਧ ਤੋਂ ਵੱਧ ਅਤੇ ਵਧੀਆ ਤੋਂ ਵਧੀਆ ਚੀਜ਼ਾਂ ਇੰਕਲੂਡ ਕਰਨ ਦੀ ਕੋਸ਼ਿਸ਼ ਕਰੂੰਗਾ ਵੀਡੀਓ 'ਚ। ਵੀਡੀਓ ਨੂੰ ਪੂਰਾ ਦੇਖਿਓ, ਇੱਕ ਵਾਰ ਸਕਿੱਪ ਨਾ ਕਰਿਓ। ਸਕੈਜੂਅਲ ਇਹ ਹੈ, ਇੱਥੋਂ ਦੀ ਜਾਣਾ ਵਰਕਸ਼ਾਪ, ਵਰਕਸ਼ਾਪ ਤੋਂ ਟਰੱਕ ਵਿੱਚ ਕਿਚਨ ਕੈਬਨਿਟਸ ਲੋਡ ਕਰਕੇ ਦੈਨ ਜਾਣਾ ਆਪਾਂ ਸਿੱਧਾ ਕਸਟਮਰ ਦੇ ਘਰ। ਅੱਜ ਇੰਸਟਾਲੇਸ਼ਨ 'ਤੇ ਵੀ ਜਾਣਾ ਹੈ, ਅੱਜ ਵਰਕਸ਼ਾਪ 'ਤੇ ਕੰਮ ਹੈ ਨਹੀਂ ਗਾ। 2 ਦਿਨ ਪਹਿਲਾਂ ਅਸੀਂ ਕੈਬਨਿਟਸ ਬਣਾਉਂਦੇ ਸੀਗੇ ਸ਼ੋਪ 'ਤੇ, ਸੋ ਹੁਣ ਉਹ ਤਿਆਰ ਨੇ, ਰੈਪ ਕੀਤੀਆਂ ਹੋਈਆਂ ਨੇ, ਜਾ ਕੇ ਲੋਡ ਕਰਨੀਆਂ। ਮੇਰੀ ਸ਼ਿਫਟ ਸਟਾਰਟ ਹੁੰਦੀ ਹੈ ਜੀ 8 ਵਜੇ, ਅਤੇ ਮੈਂ 7 ਵਜੇ ਦੇ ਅਰਾਊਂਡ ਨਿਕਲਦਾ ਪਿਆ। ਮੇਰੇ ਤੋਂ 6 ਵਜਾ ਹੋ ਗਿਆ ਹੁਣ, ਅਤੇ ਮੈਨੂੰ ਇੱਥੋਂ ਕੰਮ 'ਤੇ ਜਾਣ ਨੂੰ ਅਰਾਊਂਡ 1 ਘੰਟਾ ਲੱਗ ਜਾਂਦਾ, ਕਿਉਂਕਿ ਬੱਸਾਂ 'ਤੇ ਇੰਨਾ ਕੁ ਟਾਈਮ ਲੱਗ ਹੀ ਜਾਂਦਾ। ਜੇ ਗੱਡੀ 'ਤੇ ਜਾਣਾ ਹੋਵੇ 15 ਤੋਂ 20 ਮਿੰਟ ਲੱਗਦੇ ਆ। ਘਰ ਤੋਂ ਮੈਨੂੰ ਅਰਾਊਂਡ 5 ਮਿੰਟ ਤੁਰਨਾ ਪੈਂਦਾ। ਦੈਨ ਅਸੀਂ ਲਵਾਂਗੇ ਸ਼ਾਹੀ ਸਵਾਰੀ, 511 ਨੰਬਰ ਬੱਸ, ਇੱਥੋਂ ਦੀ ਸਿੱਧੀ ਜਾਊਗੀ ਏਅਰਪੋਰਟ ਰੋਡ 'ਤੇ, ਉੱਥੋਂ ਦੀ ਅਗਲੀ ਬੱਸ ਜਿਹੜੀ ਸਿੱਧੀ ਪਹੁੰਚਾਊਗੀ ਮੈਨੂੰ ਕੰਮ 'ਤੇ। ਇਹ ਅੱਜ ਦੇ ਦਿਨ ਦਾ ਸਕੈਜੂਅਲ ਆ। ਆ ਜਾਓ ਫਿਰ ਚੱਲੀਏ, ਲੰਚ ਬੈਗ ਲੈ ਲਿਆ ਆਪਣਾ, ਅਤੇ ਹੁਣ ਆਪਾਂ ਨਿਕਲਦੇ ਹਾਂ ਕੰਮ ਨੂੰ। ਪਹੁੰਚ ਗਿਆ ਜੀ ਵਰਕਸ਼ਾਪ 'ਤੇ, ਉਹ ਹਾਲੇ ਪਲਾਜ਼ੇ 'ਚ ਆ ਜਿੱਥੇ ਸਾਡੀ ਵਰਕਸ਼ਾਪ ਆ। ਅੱਜ ਤਾਂ 1 ਘੰਟੇ 'ਚ ਹੀ ਆ ਗਿਆ, ਬੱਸਾਂ ਬੈਕ ਟੂ ਬੈਕ 'ਚ, ਸੋ ਬਾਹਲਾ ਟਾਈਮ ਨਹੀਂ ਲੱਗਾ। ਇੱਕ ਬੱਸ ਚੜ੍ਹੀਆਂ ਨਾਲ ਹੀ ਦੂਜੀ ਤਿਆਰ। ਇਸ ਪਲਾਜ਼ੇ 'ਚ ਜ਼ਿਆਦਾਤਰ ਵੁੱਡ ਦਾ ਕੰਮ ਹੀ ਆ, ਜਿਵੇਂ ਵੁੱਡਨ ਫਲੋਰਿੰਗ ਦਾ ਹੋ ਗਿਆ ਜਾਂ ਫਰਨੀਚਰ ਵਾਲੇ ਹੈਗੇ ਆ। ਇੱਕ ਨਾਲ ਦਾ ਪਲਾਜ਼ਾ ਹੈ, ਉੱਥੇ ਵੀ ਬਹੁਤ ਮਸ਼ਹੂਰ ਫਰਨੀਚਰ ਵਾਲੇ ਬੰਦੇ ਬੈਠੇ ਨੇ। ਸੋ ਭਾਅ ਜੀ ਆ ਗਏ ਹੁਣ, ਅਸੀਂ ਜਾ ਕੇ ਕਾਰਡ ਪੰਚ ਕਰਕੇ ਅਤੇ ਆਪਣੇ ਕੱਪੜੇ ਚੇਂਜ ਕਰ ਲੈਣੇ। ਕੰਮ 'ਤੇ ਅਸੀਂ ਕੱਪੜੇ ਚੇਂਜ ਕਰ ਲਈਦੇ ਹੁੰਦੇ ਆ, ਵੈਸੇ ਮੈਂ ਪਰਨਾ ਬੰਨਿਆ ਹੁੰਦਾ, ਪਰ ਅੱਜ ਮੈਂ ਪੱਗ ਬੰਨ੍ਹ ਕੇ ਆਇਆ, ਮੈਂ ਕਿਹਾ ਚਲੋ ਵੀਡੀਓ ਕਰਨੀ ਆ। ਸੋ ਸਾਡਾ ਟਰੱਕ ਖੜ੍ਹਾ ਜੀ ਸ਼ੋਰੂਮ ਦੇ ਫਰੰਟ 'ਤੇ, ਉਹਨੂੰ ਪਹਿਲਾਂ ਬੈਗ 'ਤੇ ਲੈ ਕੇ ਜਾਵਾਂਗੇ ਅਤੇ ਉੱਥੋਂ ਜੀ ਟੂਲਸ ਲੋਡ ਕਰਕੇ, ਕਿਚਨ ਕੈਬਨਿਟਸ ਆ ਉਹ ਸਾਰੀਆਂ ਲੋਡ ਕਰਕੇ, ਹੋਰ ਅਸੈਸਰੀ ਵਗੈਰਾ ਨਾਲ ਹੁੰਦੀਆਂ ਨੇ, ਸਿੰਕ ਫੋਸਟਸ ਹੁੰਦੇ ਨੇ, ਸਿੰਕ ਹੁੰਦਾ ਆ ਅਤੇ ਹੋਰ ਅਸੈਸਰੀਜ਼ ਹੁੰਦੀਆਂ, ਉਹ ਸਾਰੀਆਂ ਲੋਡ ਕਰਕੇ ਦੈਨ ਅਸੀਂ ਜਾਵਾਂਗੇ ਕਸਟਮਰ ਦੇ ਘਰ। ਸੋ ਉੱਥੇ ਜਾ ਕੇ ਕਿਚਨ ਜੋਬ ਅਸੀਂ ਇੰਸਟਾਲ ਕਰਨੀ ਸਟਾਰਟ ਕਰਾਂਗੇ। ਸੋ ਇੰਸਟਾਲੇਸ਼ਨ ਨੂੰ ਆਲਮੋਸਟ 2-3 ਜਾਂ ਕਈ ਵਾਰ 4 ਦਿਨ ਵੀ ਲੱਗ ਜਾਂਦੇ ਜੇ ਵੱਡੀ ਕਿਚਨ ਹੋਵੇ, ਬਟ ਇਹ ਮੀਡੀਅਮ ਜੀ ਆ ਕਿਚਨ। ਸੋ ਲੈਟਸ ਸੀ ਹਾਊ ਮੈਨੀ ਡੇਜ਼ ਇਟ ਵਿਲ ਟੇਕ। ਫਰੰਟ 'ਤੇ ਸ਼ੋਰੂਮ ਆ ਜੀ, ਬੈਕ 'ਤੇ ਵਰਕਸ਼ਾਪ ਆ। ਸੋ ਐਂਟਰ ਹੁੰਦੇ ਹਾਂ, ਓਪਨ ਦਾ ਬੋਰਡ ਭਾਈ ਨੇ ਜਗਾ ਤਾ। ਕਰਦਾ ਜੀ ਕਾਰਡ ਪੰਚ, ਹੋਰ ਵੀ ਜੋਸ਼ੀ ਸਾਹਿਬ ਕੀ ਹਾਲ ਨੇ, ਕਿਵੇਂ ਰਿਹਾ ਵੀਕਐਂਡ? ਵੀਕਐਂਡ ਤਾਂ ਠੀਕ ਰਿਹਾ, ਵਧੀਆ, ਗੋਏ ਗੋਏ ਨਹੀਂ ਕਰੇ। ਚਲੋ ਭਰੋ ਪਾਣੀ ਦੀਆਂ ਬੋਤਲਾਂ, ਗੈਟ ਰੈਡੀ ਮੈਨ। ਹਾਂ, ਸਾਡੀ ਕੰਪਨੀ ਦਾ ਟਰੱਕ ਆ ਜੀ। ਸੋ ਇਹ ਸ਼ੋਰੂਮ ਦੇ ਫਰੰਟ 'ਤੇ ਖੜ੍ਹਾ, ਹੁਣ ਮੈਂ ਬੈਕ 'ਤੇ ਲੈ ਕੇ ਜਾਊਂਗਾ। ਰਾਤ ਨੂੰ ਤਰੀੜ ਪੈਣ ਲੱਗ ਪਈ ਹੁਣ। ਮਾੜਾ ਤੋਰ ਹੀ ਆ ਤੇ ਨਾਲ ਹੀ ਹਿੱਲ ਗਿਆ, ਫਟ ਗਿਆ। ਐਂ ਵੀ ਗੱਡੇ ਢਿੱਲ ਲਾਉਣਾ ਪੈਣਾ।
ਕੋਈ ਨੀ ਸੋ ਟਰੱਕ ਬੈਗ ਲਾਉਣਾ ਪਿਆ ਜੀ ਮੈਂ ਡਾਕ ਤੇ ਪਿੱਛੇ ਬਸ ਕਰ ਖੁੱਲਣੀ ਵੀ ਜਾ ਕੇ ਖੋਲਦਾ ਜੇ ਖੁੱਲਣ ਲੋ ਰਹਿ ਜੂ ਜੋ ਮਾਰੇ ਚਾਕੂ ਹੈ ਲਾ ਦੇ ਡੋਰ ਬਾ ਓਕੇ ਨਾ ਉਹ ਖੋਲ ਕੇ ਤੇ ਜਾਂਦੀ ਦਾਣੀ ਠੀਕ ਆ ਲਾ ਦੇ ਆ ਸਾਡਾ ਟਰੱਕ ਹੀ ਅੰਦਰੋਂ ਥੋੜਾ ਮੈਸ ਪਾ ਹੋ ਗਿਆ ਜੀ ਸਾਡੀ ਪੂਰੀ ਬੜੇ ਧਿਆਨ ਨਾਲ ਦੇਖਣਾ ਪੈਂਦਾ ਚੰਗੀ ਤਰ੍ਹਾਂ ਪੈਕਿੰਗ ਬੁਕਿੰਗ ਕੀਤੀ ਆ ਕਿਉਂਕਿ ਕਈ ਵਾਰ ਇਕਦਮ ਬ੍ਰੇਕ ਲਾਉਂਦੇ ਹਾਂ ਤਾਂ ਕੈਨੇਡਾ ਹਿੱਲ ਸਕਦੀ ਆ ਆਪਸ ਦੇ ਵਿੱਚ ਧਿਆਨ ਨਾਲ ਜਾਣਾ ਪੈਣਾ ਵੀ ਕੋਈ ਕੈਨੇਡਾ ਦਾ ਨੁਕਸਾਨ ਨਾ ਹੋਵੇ ਅਤੇ ਸਾਰਾ ਕੁਛ ਸੇਫ ਰਹੇ ਅਤੇ ਆ ਆ ਜੀ ਆਹ ਦਿਖਾਊ ਯੰਤਰ ਇਹਦੇ ਵਿੱਚ ਆਪਾਂ ਐਡਰੈਸ ਭਰਾਂਗੇ ਆਹ ਹੁੰਦੀ ਡਰਾਇੰਗ ਡਰਾਇੰਗ ਦੇ ਬਿਲਕੁਲ ਲਾਸਟ ਪੇਜ 'ਤੇ ਹੈ ਨਾ ਸਾਨੂੰ ਐਡਰੈਸ ਦਿੱਤਾ ਹੁੰਦਾ ਵੀ ਆਪਾਂ ਜਿੱਥੇ ਪਹੁੰਚਣਾ ਜਿਹੜੇ ਡੈਸਟੀਨੇਸ਼ਨ 'ਤੇ ਸੋ ਆਹ ਆਪਾਂ ਐਡਰੈਸ ਪਾਵਾਂਗੇ ਤਾਰ ਲਾ ਲਈਏ ਜੀ ਆਹ ਹੁੰਦੀ ਆ ਜੀ ਲੌਗ ਬੁੱਕ ਇਹ ਭਰਨੀ ਜ਼ਰੂਰੀ ਆ ਹਾਲਾਂਕਿ ਸਾਡਾ ਟਰੱਕ 17 ਫੁੱਟ ਆ ਤਾਂ ਵੀ ਲੋਡ ਪੈਂਦੀ ਆ ਜੇ ਨਹੀਂ ਭਰਦੇ ਆਪਾਂ ਸਾਨੂੰ ਕੱਲ੍ਹ ਨੂੰ ਕੋਈ ਪੁਲਿਸ ਵਾਲਾ ਰਾਹ 'ਚ ਰੋਕ ਸਕਦਾ ਅਤੇ ਟਿਕਟ ਮਿਲ ਸਕਦੀ ਆ ਇਹਦੇ 'ਚ ਹੁੰਦਾ ਇਹੀ ਆ ਵੀ ਅਸੀਂ ਮੈਂਸ਼ਨ ਕਰਨਾ ਹੁੰਦਾ ਵੀ ਡਰਾਈਵਰ ਕੌਣ ਆ ਅਤੇ ਤੁਸੀਂ ਤੁਹਾਡੀ ਸ਼ਿਫਟ ਦੀ ਟਾਈਮਿੰਗ ਕਦੋਂ ਸਟਾਰਟ ਹੋ ਰਹੀ ਆ ਅਤੇ ਤੁਹਾਡਾ ਡੈਸਟੀਨੇਸ਼ਨ ਪੁਆਇੰਟ ਕੀ ਹੈ ਜਿੱਥੇ ਤੁਸੀਂ ਪਹੁੰਚਣਾ ਆ ਮੇਨ ਚੀਜ਼ ਹੁੰਦੀ ਵੀ ਤੁਸੀਂ ਕਿੰਨੇ ਆਵਰਸ ਤੋਂ ਟਰੱਕ ਚਲਾ ਰਹੇ ਹੋ ਮਤਲਬ ਜ਼ਿਆਦਾ ਓਵਰ ਟਾਈਮ ਤਾਂ ਨਹੀਂ ਲਾ ਰਹੇ ਜਿਵੇਂ 12 ਘੰਟੇ ਤੋਂ ਮੇਰੇ ਕਹਿਣਾ ਯਾਰ 12 ਘੰਟੇ ਹੁੰਦੇ ਉਸ ਤੋਂ ਬਾਅਦ ਅਲਾਊਡ ਨਹੀਂ ਹੁੰਦਾ ਅਤੇ ਆਪਾਂ ਲੌਗ ਬੁੱਕ ਭਰਾਂਗੇ ਹੁਣ ਗੂਗਲ ਦੇ ਰਾਹ 'ਤੇ ਟਿਮ ਦੀ ਚਾਹ ਕਨੇਡਾ 'ਚ ਬੰਦੇ ਨੂੰ ਤੂਰੀ ਰੱਖਦੇ ਆ ਵਿੰਟਰ 'ਚ ਖਾਸ ਕਰਕੇ ਕਿਉਂਕਿ ਜਦੋਂ ਸਨੋਅ ਪੈਂਦੀ ਆ ਨਾ ਤਾਂ ਕੋਈ ਲੇਨ ਦੀ ਹੁੰਦੀ ਆ ਤਾਂ ਨਾ ਹੀ ਬੰਦੇ ਦਾ ਜਿਗਰਾ ਪੈਂਦਾ ਗੱਡੀ 'ਚੋਂ ਬਾਹਰ ਨਿਕਲ ਕੇ ਬੰਦਾ ਚਾਹ 'ਚੋਂ ਫੜ ਲਿਆਵੇ ਫਿਰ ਡਰਾਈਵ ਥਰੂ ਕੰਮ ਆਉਂਦਾ ਕਿ ਨਹੀਂ ਪੂਰਾ ਆ ਯਾਰ ਇਹਦੀ ਬਾਹਲੀ ਮੌਜ ਆ ਸੋਫੀ ਵਾਲੀ ਫੀਲਿੰਗ ਆ ਜਾਂਦੀ ਪੂਰੀ ਬਹਿ ਕੇ ਇੱਥੇ 6 ਕਿਲੋਮੀਟਰ ਦਾ ਰਾਹ ਹੈ ਇੱਥੋਂ ਦੀ ਅਤੇ 9 ਮਿੰਟ ਸ਼ੋ ਕਰ ਰਿਹਾ ਪਹੁੰਚ ਜਾਂਦਾ 53 ਫੁੱਟਾਂ ਸੜਕਾਂ ਨੂੰ ਚੌਂਕਦਾ ਆਹ ਫਲੈਟ ਬੈਡ ਹੈ ਜੀ ਇਹਦੀ ਪੇ ਬਹੁਤ ਜ਼ਿਆਦਾ ਹੈ ਡਰਾਈਵਰ ਇੱਥੇ ਬਹੁਤ ਮੌਜ ਕਰਦੇ ਪਰ ਇਹਦਾ ਖਤਰਾ ਬਹੁਤ ਸਕੀਲਾਂ 'ਤੇ ਬਹੁਤ ਕੱਢਦੇ ਆ ਅਤੇ ਫਲੈਟ ਬੈਡ ਥੋੜ੍ਹਾ ਜਿਹਾ ਚਲਾਉਣਾ ਔਖਾ ਵੈਸੇ ਆਪਣੇ ਬੰਦੇ ਤਾਂ ਖਿੱਚੀ ਆਉਂਦੇ ਆ ਕੰਮ ਨੂੰ ਬੈਲਟਾਂ ਵਗੈਰਾ ਚੈੱਕ ਕਰਨੀਆਂ ਪੈਂਦੀਆਂ ਉਹ ਹਰ 2 ਘੰਟੇ ਬਾਅਦ ਨਾਲੇ ਬੰਦਾ ਉੱਥੇ ਟਿਮ ਹੋਟਲ ਤੋਂ ਕਾਫੀ ਕੂਫੀ ਪੀਂਦਾ ਨਾਲੇ ਬੈਲਟਾਂ ਚੈੱਕ ਕਰ ਲੈਂਦਾ ਹਾਂ ਯਾਰ ਤੂੰ ਤਾਂ ਬੜੀ ਨੌਲੇਜ ਰੱਖੀ ਫਿਰਦਾ ਯਾਰ ਮੇਰੇ ਟਰੱਕ ਦੀ ਦੱਸੇ ਨਹੀਂ ਕਦੀ ਸਾਡੀ ਬੱਸ ਦੀ ਸਵਾਰੀ ਆ ਦੇਖੋ ਦਿਖਾ ਯਾਰ ਉਹ ਜਾਂਦੀ ਆ ਜੀ ਬ੍ਰੈਂਪਟਨ ਟ੍ਰਾਂਜ਼ਿਟ ਪੂਰੇ 2 ਸਾਲ ਮੁੰਡਿਆਂ ਨੇ ਟ੍ਰਾਂਜ਼ਿਟ ਦੇ ਵਿੱਚ ਗੁਜ਼ਾਰੇ ਨੇ ਅਸੀਂ ਤਾਂ ਆਪ ਹੁਣ ਤੱਕ ਹੁਣ ਵੀ ਗੁਜ਼ਾਰਦੇ ਆ ਕੰਮ ਤੇ ਆਉਣੇ ਆ ਕੰਮ ਤੇ ਜਾਂਦੇ ਆ ਬਹੁਤ ਜਾਣੀ ਦੀ ਈਜ਼ੀ ਆ ਬੱਬੂ ਮਾਨ ਨੇ ਗਾਇਆ ਸੀਗਾ ਜੀ ਵੇ ਜਾਲ ਮਾਰੇ ਤੇਜ ਰੋਲਤੀ ਜਵਾਨੀ ਕਿਉਂਕਿ ਉੱਥੇ ਟਿੱਬਿਆਂ ਟੁੱਬਿਆਂ 'ਚ ਆਪਣੇ ਪੰਜਾਬ 'ਚ ਕਹਿੰਦੇ ਵੀ ਰੇਤਾ ਉੱਡਦਾ ਸੀ ਇੱਥੇ ਆਪਾਂ ਗਾ ਸਕਦੇ ਹਾਂ ਵੇ ਜਾਲਮਾ ਸਨੋਹ ਵਿੱਚ ਰੋਲਤੀ ਜਵਾਨੀ ਆ ਯਾਰ ਗੈਸ ਸਟੇਸ਼ਨ ਆਪਾਂ ਇੱਥੋਂ ਜ਼ਿਆਦਾ ਡੀਜ਼ਲ ਭਰਾਈ ਦਾ ਟਰੱਕ ਵਿੱਚ ਕਿਉਂਕਿ ਇੱਥੇ ਨਾਲ ਪੁਆਇੰਟਸ ਮਿਲ ਜਾਂਦੇ ਆ ਕਾਰ ਯੂਜ਼ ਕਰੇ ਤੇ ਬ੍ਰੈਂਪਟਨ ਆ ਕੇ ਦੇਖ ਲਈ ਕਰ ਦਿੰਦੇ ਬੰਦਾ ਹੈਂਗ ਅੱਜ ਦਾ ਰੂਟ ਲਾਗੇ ਦਾ ਹੀ ਸੀਗਾ ਜੀ ਕਈ ਵਾਰ ਦੂਰ ਦਾ ਹੁੰਦਾ ਆ ਅੱਜ ਤਾਂ ਚਲੋ 6 ਕਿਲੋਮੀਟਰ ਆ ਬ੍ਰੈਂਪਟਨ 'ਚ ਕਈ ਵਾਰ ਮਿਸੀਸਾਗਾ ਜਾਂ ਓਸ਼ਵਾ ਮੇਰੇ ਘਰ ਕੋਲ ਪਹੁੰਚ ਗਏ ਆ ਅੱਛਾ ਇੱਥੋਂ 3 ਮਿੰਟ ਹਾਰਡਲੀ ਯਾਰ ਰੋਟੀ ਵੀ ਤੇਰੇ ਘਰ ਖਾ ਕੇ ਆਉਂਦੇ ਚਲੋ ਲੰਚ ਦਾ ਹਜੇ ਵੈਸੇ ਟਾਈਮ ਨਹੀਂ ਹੋਇਆ
ਚਾਹ ਪੀ ਕੇ ਆ ਸਕਦੇ ਆ ਹਟਦਾ ਨੀ ਮੈਂ ਜਰੂਰ ਟਾਈਮ ਮਿਲਦਾ ਫੋਨ ਤੇ ਲੱਗ ਜਾਂਦਾ ਠੀਕ ਆ ਠੀਕ ਆ ਕਹਿੰਦਾ ਫਰੰਟ ਡੋਰ ਤੋਂ ਲੈ ਜਾਂਗੇ ਗਰਾਜ ਡੋਰ ਬੰਦਾ ਡੈਸਟੀਨੇਸ਼ਨ ਤੇ ਬੜਾ ਵਧੀਆ ਏਰੀਆ ਕਿਚਨ ਅਨਲੋਡ ਕਰਾਂਗੇ ਇੰਸਟਾਲ ਕਰਨ ਸਟਾਰਟ ਕਰਦੇ ਆ ਫਿਰ ਸੋ ਆਹ ਜਗ੍ਹਾ ਹੈ ਜਿੱਥੇ ਕਿਚਨ ਇੰਸਟਾਲ ਕਰਨੀ ਆ ਸਾਰੇ ਪਲੰਬਿੰਗ ਦੀਆਂ ਪਾਈਪਾਂ ਵਗੈਰਾ ਆਈਆਂ ਹੋਈਆਂ ਪਲੱਗ ਵਗੈਰਾ ਸਾਰਾ ਕੁਛ ਵਾਇਰਸ ਸੋ ਸਾਰਾ ਕੁਛ ਢੱਕ ਦੇਣਾ ਆਪਾਂ ਐਨ ਵਧੀਆ ਟਿਪ ਟੋਪ ਕਰ ਦੇਣਾ ਕੰਮ ਕੀ ਕੰਬਲ ਵਿਛਾਇਆ ਕੀ ਗੱਲ ਪੈਣਾ ਇੱਥੇ ਨਹੀਂ ਪੈਣਾ ਇੱਥੇ ਚੱਕ ਲਿਆ ਦੋ ਰਾਣਾ ਬ੍ਰੇਕ ਟਾਈਮ ਚੱਲਦਾ ਪਿਆ ਜੀ ਫਿਰ ਘਰੇ ਵੀ ਅੰਦਰ ਆਹੀ ਕਿਹਾ ਉੱਥੇ ਇਹ ਗੱਡੀ 'ਚ ਬਹਿ ਕੇ ਛੱਕ ਲੈਨੇ ਮਾਲ ਕਿਹੜਾ ਮਾਲ ਓਏ ਕਿਹੜਾ ਮਾਲ ਚੱਕਣਾ ਹੈ ਕਿਹੜਾ ਮਾਲ ਖਾਣ ਪੀਣ ਵਾਲਾ ਹੋਰ ਮਾਲ ਨੂੰ ਪੀਣ ਕਾਣੀ ਹੈ ਆਪਣੀ ਬ੍ਰੇਕ ਚੱਲਦੀ ਪਈ ਸੀ ਬ੍ਰੇਕ ਓਵਰ ਹੋਣ ਵਾਲੀ ਆ ਹੁਣ ਜਿਹੜੀਆਂ ਪਹਿਲਾਂ ਅਸੀਂ ਫਿੱਟ ਕਰਨੀਆਂ ਉਹ ਅਸੀਂ ਲਾ ਲਈਆਂ ਕੈਬਨਟਾਂ ਅਤੇ ਟਰਾਈ ਸਾਡੀ ਇਹ ਆ ਵੀ ਬ੍ਰੇਕ ਤੱਕ ਅਸੀਂ ਅਗਲੀ ਨੈਕਸਟ ਲੰਚ ਬ੍ਰੇਕ ਤੱਕ ਪਈਆ ਉਸ ਤੋਂ ਪਹਿਲਾਂ ਆਪਾਂ ਟੌਪ ਟੰਗ ਦਈਏ ਹਾਂ ਬਈ ਜੋਸ਼ੀ ਸਾਹਿਬ ਹਾਂਜੀ ਹੋ ਗਿਆ ਆਪਣਾ ਲੰਚ ਟਾਈਮ ਐਂਡ ਮਾਈਕ੍ਰੋਵੇਵ ਵੀ ਪਹੁੰਚ ਗਿਆ ਅਤੇ ਟਾਈਮ ਹੋ ਗਿਆ ਸਾਡੇ ਕੋਲ ਰਾਈਟ ਨਾ ਉਹ 1:15 ਹੋ ਗਿਆ ਅਤੇ ਹੁਣ ਅਸੀਂ ਲੰਚ ਬ੍ਰੇਕ ਲੈ ਰਹੇ ਹਾਂ ਐਗਜੈਕਟ ਟਾਈਮ ਨਾਲੋਂ ਲੇਟ ਆ ਵੈਸੇ 12:30 ਸਾਡੀ ਸ਼ੋਪ 'ਤੇ ਹੁੰਦੀ ਆ ਟੋਪ ਵਾਲੀਆਂ ਥੋੜ੍ਹੀਆਂ ਕੈਬਿਨਟਸ ਲੱਗ ਗਈਆਂ ਇੱਕ ਸਾਈਡ ਵਾਲੀਆਂ ਰਹਿ ਗਈਆਂ ਉਹ ਹੁਣ ਲਵਾਂਗੇ ਆਫਟਰ ਬ੍ਰੇਕ ਨਿਕਲ ਚੁੱਕਾ ਹੁਣ ਸਿਰਫ ਮੈਜ਼ਰਮੈਂਟ ਕਰਕੇ ਸਿੱਧੀਆਂ ਸਿੱਧੀਆਂ ਕੈਬਨਟਾਂ ਲਾਉਣ ਵਾਲੀਆਂ ਲੈਵਲ ਕਰੋ ਤੇ ਅੱਗੇ ਅੱਗੇ ਟ੍ਰਾਂਸਫਰ ਕਰੀ ਜਾਓ
ਸੋ ਫਾਈਨਲੀ ਹੁਣ ਜਾ ਕੇ ਜੌਬ ਫਿਨਿਸ਼ ਹੋਈ ਹੈ ਜੀ 6 ਵੱਜ ਗਏ ਆ ਸਾਡੇ ਕੋਲ ਮੈਂ 7 ਵਜੇ ਘਰੋਂ ਨਿਕਲਿਆ ਸੀ ਘਰੇ ਜਾਂਦਾ ਤਾਂ ਫਿਰ ਉਹਨਾਂ ਟਾਈਮ ਹੀ ਹੋਣਾ 7-8 ਆਰਾਮ ਨਾਲ ਵੱਜ ਜਾਣੇ ਕਿਉਂਕਿ ਸ਼ਾਪ ਤੇ ਜਾਣਾ ਹਲੇ ਸ਼ਾਪ ਤੇ ਜਾ ਕੇ ਟੂਲ ਲਾਉਣੇ ਆ ਤੇ ਜਵਾਕ ਖੇਡਦੇ ਚੱਲ ਜਾਂਦੇ ਹੋਏ ਮੈਂ ਚਲਾ ਲਈ ਆਪਾਂ ਵੀ ਇੱਕ ਅੱਧਾ ਆਪਾਂ ਟਰੱਕ ਕਿੱਥੇ ਪਾਰਕ ਕਰਾਂ ਟਰੱਕ ਲਾ ਦਾਂਗੇ ਟਰੱਕ ਨੂੰ ਕਿਤੇ ਚੱਕ ਕੇ ਲੈ ਕੇ ਜਾਣਾ ਹੁਣ ਆਪਾਂ ਸਾਈਡ ਤੋਂ ਨਿਕਲ ਚੁੱਕੇ ਹਾਂ ਹੁਣ ਬਾਕੀ ਦਾ ਕੰਮ ਕੱਲ੍ਹ ਨੂੰ ਕੰਟੀਨਿਊ ਕਰਾਂਗੇ ਸੋ ਕੱਲ੍ਹ ਨੂੰ ਕੱਲ੍ਹ ਟੂਲ ਲੈ ਕੇ ਜਾਣੇ ਆ ਕੋਈ ਹੋਰ ਨਾਲ ਕੈਬਨਿਟ ਵਗੈਰਾ ਜਾਂ ਹੋਰ ਲੋਡ ਬਾਹਲਾ ਲੈ ਕੇ ਨਹੀਂ ਜਾਣਾ ਥੋੜ੍ਹਾ ਵੇਰੀਏਸ਼ਨ ਆ ਜਾਂਦਾ ਜਦੋਂ ਬਾਹਰ ਜੌਬ ਲਾਉਣ ਚਾਹੀਦੀ ਆ ਅਦਰਵਾਈਜ਼ ਵਰਕਸ਼ਾਪ 'ਤੇ ਕੰਮ ਕਰੀਦਾ ਬਟ ਵਰਕਸ਼ਾਪ 'ਤੇ ਕੰਮ ਕਰਨ ਦਾ ਇਹੀ ਫਾਇਦਾ ਆ ਬ੍ਰੇਕਾਂ ਵਗੈਰਾ ਬੰਦੇ ਨੂੰ ਪ੍ਰੋਪਰ ਮਿਲ ਜਾਂਦੀਆਂ ਹਨ ਜਿਵੇਂ ਜਿੰਨਾ ਟਾਈਮ ਹੁੰਦਾ ਪਤਾ ਵੀ 10 ਵਜੇ ਹੋਣੀ ਆ ਦੈਨ 12:30 ਹੋਣੀ ਆ ਦੈਨ 3 ਵਜੇ ਹੋਣੀ ਆ ਬਟ ਬਾਹਰ ਬੰਦੇ ਨੂੰ ਪਤਾ ਨਹੀਂ ਲੱਗਦਾ ਬੰਦਾ ਕੰਮ 'ਚ ਰੁੱਝਿਆ ਰਹਿੰਦਾ ਥੋੜ੍ਹਾ ਹਾਲਾਂਕਿ ਆਪ ਹੀ ਲੈਣੀ ਹੁੰਦੀ ਆ ਬ੍ਰੇਕ ਤਾਂ ਵੀ ਬੰਦੇ ਨੂੰ ਹੁੰਦਾ ਨਹੀਂ ਯਾਰ ਕੰਮ ਨਿਬੇੜਦੀ ਆ ਪਹਿਲਾਂ ਦੈਨ ਸਟੇ ਇਨ ਦ ਲੈਫਟ ਲੇਨ ਆਹ ਮੁੰਡਾ ਤਾਂ ਹੋ ਚੱਲਾ ਲਾਗੇ ਸਾਗੇ ਪੀਆਰ ਦੇ ਪੀਆਰ ਵਾਲੀ ਲਾਈਨ 'ਚ ਚੇਂਜ ਕਰ ਲਏ ਸੀ ਕੱਪੜੇ ਅਤੇ ਹੁਣ ਬਸ ਕਾਰਡ ਪੰਚ ਕਰਕੇ ਚੱਲੀਏ ਸੋ ਕਾਰਡ ਪੰਚ ਕਰਕੇ ਕੱਪੜੇ ਕੁੱਪੜੇ ਚੇਂਜ ਕਰਕੇ ਅਸੀਂ ਆ ਗਏ ਹਾਂ ਹੁਣ ਬਾਹਰ ਬਾਹਰੋਂ ਘਰਾਂ ਨੂੰ ਚੱਲੀਏ ਫਿਰ ਉਹੀ 511 ਬੱਸ ਮੁੜ ਕੇ ਘਰ ਵਾਲੀ ਲੋਕਲ ਬੱਸ ਬਹੁਤ ਵਧੀਆ ਟਾਈਮ ਲੰਘਿਆ 10 ਘੰਟੇ ਲੱਗ ਗਏ ਕੰਮ 'ਤੇ ਮਾਲਕ ਬਹੁਤ ਖੁਸ਼ ਹੋਏ ਜਿਹਨਾਂ ਦੇ ਜੌਬ ਲਾ ਰਹੇ ਸੀ ਬੜੀ ਵਧੀਆ ਲੱਗੀ ਪਸੰਦ ਆਈ ਉਹਨਾਂ ਨੂੰ ਸੋ ਇੱਥੋਂ ਦੀ ਸਾਡੇ ਰਾਹ ਵੱਖ ਵੱਖਰੇ ਹੋ ਜਾਣੇ ਹੈ ਮੈਂ ਜਾਣਾ ਈਸਟ ਨੂੰ ਇਹਨੇ ਜਾਣਾ ਵੈਸਟ ਨੂੰ ਓਕੇ ਜੀ ਮਿਲਦੇ ਹਾਂ ਕੱਲ੍ਹ ਨੂੰ ਮਨੀ ਵੀ ਚੱਲ ਗਿਆ ਜੀ ਆਪਣੇ ਘਰ ਨੂੰ ਉਹਦਾ ਘਰ ਇੱਥੋਂ ਥੋੜ੍ਹਾ ਲਾਗੇ ਆ ਉਹਨੇ ਅੱਧੇ ਘੰਟੇ 'ਚ ਪਹੁੰਚ ਜਾਣਾ ਨਾਲ ਇੱਕ ਹੀ ਬੱਸ ਜਾਂਦੀ ਉਹਦੇ ਘਰ ਨੂੰ ਮੈਨੂੰ ਫਿਰ ਉਹੀ 3 ਬੱਸਾਂ ਬਦਲਣੀਆਂ ਪੈਣੀਆਂ ਅਤੇ ਮੇਰੇ ਟਾਈਮ ਹੋ ਗਿਆ ਰਾਈਟ ਨਾਓ 6:40 'ਤੇ ਮੈਂ ਘਰੋਂ ਤੁਰਿਆ ਸੀ 6:40 'ਤੇ ਮੈਂ ਹੁਣ ਇੱਥੋਂ ਤੁਰ ਰਿਹਾ ਸ਼ੌਪ ਤੋਂ ਇਹ ਸੀਗਾ ਜੀ ਸਾਰੇ ਦਿਹਾੜੀ ਦਾ ਵਰਕ ਐਕਸਪੀਰੀਅੰਸ ਇੱਦਾਂ ਹੀ ਕੰਮ ਕਰਦੇ ਕਰਦੇ ਜਿਵੇਂ ਅੱਜ ਦਾ ਇੱਕ ਦਿਨ ਲੰਘਿਆ ਐਂ 1.5 ਸਾਲ ਲੰਘ ਗਿਆ ਹੋਰ ਪਤਾ ਨਹੀਂ ਕਿੰਨੇ ਲੰਘੇ ਜਾਣੇ ਆ ਅਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਸੇ ਤਰੀਕੇ ਦਾ ਵੀ ਕੋਈ ਕੁਐਸਚਨ ਹੋਵੇ ਮਾਇੰਡ ਵਿੱਚ ਕੋਈ ਕੰਮ ਨਾਲ ਰਿਲੇਟਡ ਜਾਂ ਕੋਈ ਸੁਝਾਅ ਹੋਵੇ ਕੋਈ ਫੀਡਬੈਕ ਦੇਣਾ ਹੋਵੇ ਯਾਰ ਕਮੈਂਟ 'ਚ ਜ਼ਰੂਰ ਦੱਸਿਓ ਜੇ ਤੁਹਾਨੂੰ ਪਸੰਦ ਆਈ ਵੀਡੀਓ ਤਾਂ ਲਾਈਕ ਕਰ ਦਿਓ ਜੇ ਤੁਹਾਨੂੰ ਲੱਗਦਾ ਵੀ ਕਿਸੇ ਹੋਰ 'ਤੇ ਕੰਮ ਆ ਸਕਦੀ ਹੈ ਤਾਂ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਦਾ ਕਰ ਹੀ ਲਿਓ ਜੀ ਚੈਨਲ ਨੂੰ ਫੈਂਟਮ ਸਿੰਘ ਕੈਨੇਡਾ